You're listening to CNN Toronto, Chawla News Network Toronto. 20 ਤੇ ਕਾਲ ਕੀਤੀ ਜਾ ਸਕਦੀ ਹੈ। ਕਿਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ। ਸਤਿ ਸ੍ਰੀ ਅਕਾਲ ਕੀਤਾ ਸਾਹਿਬ ਜੀ। ਮੌਨਸੂਨ ਨੂੰ ਤਰਸਦੇ ਸੀ, ਹੁਣ ਕਹਿੰਦੇ ਜਲ ਥਲ ਹੋਈ ਪਈ ਹੈ, ਚਾਰ ਚ ਫੇਰੇ। ਹਾਂਜੀ, ਅਯੁੱਧਿਆ, ਵਾਰਾਣਸੀ, ਗੋਰਖਪੁਰ ਦੇ ਵਿੱਚ ਭਾਰੀ ਬਾਰਿਸ਼ ਹੈ। ਹਾਂਜੀ ਜੀ, ਕੀਤਾ ਕਾਲ ਵਾਰਾਣਸੀ? ਮੈਨੂੰ ਦਿਲਬਾਗ ਜੀ, ਬਾਰਿਸ਼ ਤਾਂ ਵੈਸੇ ਬਨਾਰਸ ਕਾਫੀ ਜ਼ਿਆਦਾ ਹੁੰਦੀ ਹੈ, ਬਿਜਲੀ ਵੀ ਗਰਜਦੀ ਹੈ। ਬਿਜਲੀ ਕੜਕੀ ਤੇ ਬਿਲਕੁਲ ਨਾ ਉਹ ਰੀਲ ਬਣ ਗਈ, ਉਹਦੇ ਚ ਵੀਡੀਓ ਚ ਆ ਗਈ, ਉਹ ਬਿਲਕੁਲ ਨੇੜੇ ਉਹਦੀ ਬਿਜਲੀ ਦੀ ਤਾਰ ਸੀ ਨਾ, ਬਿਲਕੁਲ ਨੇੜੇ ਗਈ ਕੁੜੀ ਦੇ, ਬਚ ਗਈ, ਬਚਾ ਰਹਿ ਗਿਆ। ਖੈਰ ਚਲੋ ਠੀਕ ਆ। ਅਯੁੱਧਿਆ ਵਿੱਚ ਜੀ ਕੱਲ੍ਹ ਪਾਣੀ ਘਰਾਂ 'ਚ ਵੜ ਗਿਆ, 3-3 ਫੁੱਟ ਜੀ ਕਾਫੀ ਬਾਰਿਸ਼ ਹੋਈ ਆ ਜੀ। ਅਤੇ ਅਯੁੱਧਿਆ ਦੇ ਮੰਦਰ ਵਿੱਚ ਕਿਸੇ, ਜਿਹੜਾ ਸ਼੍ਰੀ ਰਾਮ ਜੀ ਦਾ ਪ੍ਰਾਣ ਪ੍ਰਤਿਸ਼ਠਾ ਕੀਤਾ ਮੰਦਰ ਦੇ ਵਿੱਚ, ਉੱਥੇ ਕਿਸੇ ਪੱਤਰਕਾਰ ਨੂੰ ਕੱਲ੍ਹ ਜਾਣ ਨਹੀਂ ਦਿੱਤਾ ਗਿਆ, ਪਤਾ ਨਹੀਂ ਕਿਉਂ। ਅਤੇ ਸ਼ਾਇਦ ਬਾਰਿਸ਼ ਨੇ ਜ਼ਿਆਦਾ ਆਤੰਕ ਮਚਾਇਆ ਹੋਵੇ ਕੱਲ੍ਹ, ਕਿਉਂਕਿ ਬਾਰਿਸ਼ ਕੱਲ੍ਹ 6 ਘੰਟੇ ਹੋਏ ਚਾਵਲਾ ਸਾਹਿਬ ਅਯੁੱਧਿਆ ਵਿੱਚ, ਵਾਰਾਣਸੀ ਵਿੱਚ, ਗੋਰਖਪੁਰ ਦੇ ਵਿੱਚ। ਬਾਰਿਸ਼ ਦਾ ਕੱਲ ਕਾਫੀ ਆਤੰਕ ਦੇਖਣ ਨੂੰ ਮਿਲਿਆ। ਆਤੰਕ ਤਾਂ ਫਿਰ ਕੀ ਕਹਿ ਸਕਦੇ, ਬਾਰਿਸ਼ ਦੀ ਲੋੜ ਸਾਨੂੰ ਹੈਗੀ ਆ, ਉਹ ਗੱਲ ਬਾਕੀ ਹੈ ਕਿ ਸਾਡੀਆਂ ਸਰਕਾਰਾਂ ਵੱਲੋਂ ਸੰਭਾਲ ਨਹੀਂ ਹੋਈ ਸਾਡੀ, ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਸੜਕਾਂ ਬਣਾਉਂਦੇ ਹਾਂ ਤਾਂ ਅਸੀਂ ਸੜਕਾਂ ਬਣਾ ਕੇ ਵੱਡੇ ਵੱਡੇ ਉੱਚੇ ਉੱਚੇ ਬਣਾ ਦਿੰਦੇ ਹਾਂ ਅਸੀਂ ਸੜਕਾਂ ਦੇ ਮਹਿਲ, ਅਤੇ ਉਹਦੇ ਉੱਪਰ ਸੜਕ ਫੜਕ ਉਹਦੇ ਉੱਪਰ ਪ੍ਰੀਮਿਕਸ ਪਾ ਦਿੰਦੇ ਹਾਂ ਅਸੀਂ, ਜਿਹੜਾ ਰਸਤਾ ਬਣਾਇਆ ਸੀ ਤੈਨੂੰ ਕੁਦਰਤ ਆਪਣਾ ਕਹਿਰ, ਉਹ ਆਪਣਾ ਰਸਤੇ ਬਣਾਉਂਦੀ ਆ, ਫਿਰ ਜਦੋਂ ਆਪਣੇ ਰਸਤੇ ਬਣਾ ਕੇ ਘਰ ਵੀ ਢਹਿ ਜਾਂਦੇ ਨੇ ਫਿਰ, ਅਤੇ ਫਿਰ ਬੜਾ ਨੁਕਸਾਨ ਹੁੰਦਾ। ਕੁਝ ਪੰਜਾਬ 'ਚ ਤਾਂ ਇਹੀ ਹੋਇਆ ਨਾ ਜੀ, ਪੰਜਾਬ 'ਚ ਤਾਂ ਰਸਤੇ ਹੀ ਬੰਦ ਕਰਤੇ ਪਾਣੀ ਦੇ ਲੋਕਾਂ ਨੇ, ਕੁਦਰਤ ਦੇ ਰਸਤੇ ਹੀ ਬੰਦ ਕਰਤੇ ਪੰਜਾਬ 'ਚ, ਜਿਹੜਾ ਰਸਤੇ ਬੰਦ ਹੋ ਗਏ ਤਾਂ ਕਹਿਰ ਵੀ ਆਉਣਾ ਫਿਰ। ਡੈਫੀਨੇਟਲੀ ਕੁਦਰਤ ਨੇ ਆਪਣੇ ਰਾਹ, ਜਿਹੜੇ ਪਾਣੀ ਦਾ ਆਪਣਾ ਰਾਹ ਬਣਾ ਲੈਂਦਾ ਜੀ, ਜਿੰਨਾ ਮਰਜ਼ੀ ਤੁਸੀਂ ਬੰਨ ਲਾ ਲਓ, ਜੋ ਮਰਜ਼ੀ ਕਰ ਲਓ, ਕੁਦਰਤੀ ਕੁਦਰਤ ਦੇ ਜਿਹੜੇ ਮਾਰਗ ਨੇ ਉਹਨਾਂ ਦੇ ਤੁਸੀਂ ਨਹੀਂ ਇੰਨਾ ਛੇਤੀ ਕੀਤੀਆਂ। ਇੰਨਾ ਸਾਡੇ ਇੱਥੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ, ਅੱਜ ਮੈਂ ਆਟਾ ਚੱਕੀ ਵਾਲਿਆਂ ਦੇ ਗਿਆ ਸੀਗਾ, 'ਚ ਆਟਾ ਤਿਆਰ ਕਰਦੇ ਨੇ ਅਤੇ ਉਹਨਾਂ ਦੇ ਆਪਣੇ ਖੇਤ ਨੇ। ਹਾਂਜੀ, ਅਤੇ ਉਹ ਖੇਤਾਂ ਦੇ ਵਿੱਚ ਕਣਕ ਤਾਂ ਇੱਥੇ ਨਹੀਂ, ਜਦੋਂ ਉਹਨਾਂ ਦੇ ਜਿਹੜੇ ਦੂਜੇ ਖੇਤ ਨੇ ਉੱਥੇ, ਚੱਕੀ ਜਿੱਥੇ ਲਾਈ ਉੱਥੇ ਨਹੀਂ, ਜਿੱਥੇ ਦੂਜੇ ਖੇਤ ਨੇ ਉੱਥੋਂ ਕਣਕ ਤਿਆਰ ਹੋ ਕੇ ਆਉਂਦੀ ਹੈ। ਅਤੇ ਉਹਨਾਂ ਜਦੋਂ ਬੜੀਆਂ ਸਬਜ਼ੀਆਂ ਸੁਬਜ਼ੀਆਂ ਹੋਰ ਵੀ ਬੀਜੀਆਂ, ਅਤੇ ਮੈਂ ਕਿਹਾ ਜੀ ਆਹ ਜਿਹੜੇ ਦਰਖਤ ਆ ਇਹ ਨਹੀਂ ਪੱਧਰੇ ਪੁੱਧਰੇ ਹੋ ਜਾਂਦੇ, ਅਤੇ ਉਹਨਾਂ ਕਿਹਾ ਜੀ ਚਾਵਲਾ ਜੀ ਇਹ ਕੁਦਰਤੀ ਇਹ ਜਿਹੜੇ ਨੇ ਨਾ ਇਹ ਮਾਰਗ ਨੇ ਰਾਹ ਨੇ ਇਹ ਰੱਖੇ ਹੋਏ ਨੇ, ਇਹਨਾਂ ਨੂੰ ਅਸੀਂ ਚਾਹੀਏ ਵੀ ਤਾਂ ਨਹੀਂ ਕਰ ਸਕਦੇ ਕੁਛ। ਅਤੇ ਜੇ ਉੱਥੇ ਪੰਜਾਬ ਦਾ ਕਿਸਾਨ ਹੁੰਦਾ ਉਹਨੇ ਤਾਂ ਵੱਟਾਂ ਨਹੀਂ ਛੱਡੀਆਂ, ਹੈ ਨਾ, ਮਤਲਬ ਸੜਕ ਦੇ ਨਾਲ ਨਾਲ ਕਦੇ ਇੰਨੀ ਜਗ੍ਹਾ ਨਹੀਂ ਛੱਡੀ ਵੀ ਦਰਖਤ ਨੂੰ ਹੀ ਛੱਡ ਦਈਏ, ਅਤੇ ਉਹਨਾਂ ਨੇ ਤਾਂ ਢਾਹ ਢੂਹ ਲੈਣੇ ਸੀ, ਕਹਿੰਦੇ ਨੇ ਇੱਥੇ ਨਹੀਂ ਕਰ ਸਕਦੇ। ਨਿਜ਼ਮ ਤਾਂ ਹਰ ਦੁਨੀਆ ਦੇ ਉੱਤੇ ਹੈਗੇ ਨਾ, ਕੁਦਰਤੀ ਨਿਜ਼ਮ, ਅਸੀਂ ਪਾਣੀ ਨੂੰ ਨਹੀਂ ਬੰਨ ਲਾ ਸਕਦਾ ਕੋਈ ਛੇਤੀ ਕੀਤਿਆਂ, ਮਤਲਬ ਬਹੁਤ ਕਠਿਨਾਈ ਵਾਲਾ ਕੰਮ ਆ। ਹਾਂਜੀ, ਪਾਣੀ ਨੂੰ ਲਖੀਮਪੁਰ ਦੇ ਵਿੱਚ ਵੀ ਬਿਜਲੀ ਗਿਰੀ ਹੈ ਚਾਵਲਾ ਸਾਹਿਬ, ਉੱਥੇ ਹਤਾਸ਼ ਨਹੀਂ ਹੋਇਆ ਕੋਈ, 3 ਬੱਚੇ ਮਰੇ ਨੇ ਜੀ, ਰਾਜਸਥਾਨ ਦੇ ਵਿੱਚ 2, ਬਿਹਾਰ ਵਿੱਚ ਮਰ ਗਏ ਨੇ ਜੀ, ਅਤੇ ਮੌਤਾਂ ਵੀ ਕੱਲ੍ਹ ਹੋਈਆਂ ਨੇ ਜੀ। ਰਾਜਸਥਾਨ 'ਚ ਕੱਲ੍ਹ ਕਾਫੀ ਬਾਰਿਸ਼ ਹੋਈ ਹੈ, ਰਾਜਸਥਾਨ ਬੜਾ ਸੁੱਕਾ ਏਰੀਆ ਹੁੰਦਾ ਅਤੇ ਅੱਜ ਕੱਲ੍ਹ ਬਾਰਿਸ਼ ਰਾਜਸਥਾਨ ਵਿੱਚ ਹੁੰਦੀ ਆ। ਪੰਜਾਬ ਦੇ ਵਿੱਚ ਵੀ 29 ਨੂੰ, ਵੈਸੇ ਤਾਂ ਕੱਲ੍ਹ ਬਾਰਿਸ਼ ਪਈ ਆ ਪੰਜਾਬ ਦੇ ਵਿੱਚ ਸਵੇਰੇ 29 ਨੂੰ ਮੌਨਸੂਨ ਪੰਜਾਬ ਉੱਤਰੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਮੌਨਸੂਨ ਆਏਗੀ।
ਤੇ ਮੇਰੇ ਖਿਆਲ ਚ 4-5 ਦਿਨ ਫਿਰ ਬੋਲ ਸਿੰਘ ਨੇ ਰਹਿਣਾ ਪੰਜਾਬ ਦੇ ਵਿੱਚ ਤੇ ਠੰਡਾ ਮਾਹੌਲ ਹੋਵੇਗਾ ਜੀ। ਦੋਸਤੋ ਅਗਰ ਤੁਹਾਡਾ ਕੋਈ ਕੁਐਸਚਨ ਹੈ 9058131320 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਅਕੀਦਾ ਜੀ, ਕੇਜਰੀਵਾਲ ਨੂੰ CBI ਨੇ ਕਰ ਲਿਆ ਗ੍ਰਿਫਤਾਰ, 3 ਦਿਨ ਦੀ ਰਿਮਾਂਡ ਦੇ ਵਿੱਚ ਹੋ ਗਏ ਨੇ, ਕਾਫੀ ਜਿਹੜਾ ਮਾਮਲਾ ਹੈਗਾ ਗੁੰਝਲਦਾਰ ਹੁੰਦਾ ਜਾ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਅੱਛਾ ਨਾ, ਇਹ ਜਿਹੜਾ ਕੇਜਰੀਵਾਲ ਸਾਹਿਬ ਨਾ CBI ਨੇ ਗ੍ਰਿਫਤਾਰ ਕੀਤਾ, ਸਰ CBI ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਵੇ ਕਿ ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਮਿਲ ਜਾਣੀ ਆ, ਤੇ ਇਹ ਤਿਆਰੀ ਸੀਗੀ, ਕਥਿਤ ਤੌਰ 'ਤੇ ਤਿਆਰੀ ਸੀਗੀ ਇਹ CBI ਦੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ। ਕੁਝ ਕੇਸਾਂ ਵਿੱਚ ਹੁੰਦਾ ਜੀ, ਕੁਝ ਮਾਮਲਿਆਂ ਵਿੱਚ ਹੁੰਦਾ ਕਿ ਇਹ ਕੇਸ ਨਹੀਂ ਤਾਂ ਦੂਜਾ ਕੇਸ, ਜਿਵੇਂ ਸੁਖਪਾਲ ਸਿੰਘ ਖਹਿਰਾ ਕਹਿੰਦੇ ਆ ਕਿ ਮੈਨੂੰ ਵੀ ਤਾਂ ਇੱਦਾਂ ਹੀ ਕੀਤਾ ਸੀ, ਮੈਂ ਜ਼ਮਾਨਤ ਮਿਲ ਗਈ ਸੀਗੀ ਤਾਂ ਕੇਜਰੀਵਾਲ ਦੀ ਸਰਕਾਰ, ਪੰਜਾਬ ਸਰਕਾਰ ਨੇ ਦੂਜਾ ਕੇਸ ਦਰਜ ਕਰਤਾ ਮੇਰੇ 'ਤੇ, ਦੂਜਾ ਕੇਸ ਦਰਜ ਕਰਕੇ ਮੈਨੂੰ ਫਿਰ ਜੇਲ੍ਹ 'ਚ ਭੇਜਤਾ। ਕਹਿੰਦਾ ਜਦੋਂ ਤੁਸੀਂ ਕਰਦੇ ਹੋ ਕਿਸੇ ਨਾਲ, ਤੁਹਾਡੇ ਨਾਲ ਵੀ ਇੱਦਾਂ ਹੀ ਹੁੰਦੀ ਆ। ਅਤੇ ਕੱਲ੍ਹ ਫਿਰ ਕੇਜਰੀਵਾਲ ਨਾ ਉਹਨੇ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਹੈਗਾ, ਅਤੇ ਹੁਣ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਆ। ਉਹਨਾਂ ਕਿਹਾ ਕਿ ਘੁਟਾਲਾ ਹੋਇਆ, ਵੀ ਜਿਹੜਾ ਸ਼ਰਾਬ ਘੁਟਾਲਾ ਹੋਇਆ, ਇਹ 'ਚ ਕੋਈ ਦੋ ਰਾਵਾਂ ਨੇ, CBI ਕਹਿੰਦੀ ਆ ਉਹ ਜਾਂਚ ਅਸੀਂ ਕਰਾਂਗੇ। ਇਹ ਉਹ ਕੋਰਟ ਵਿੱਚ ਪੇਸ਼ ਕਰਕੇ ਗਏ ਪੇਸ਼ ਕਰਨ ਵਾਸਤੇ, ਤਾਂ ਉਦੋਂ ਇਹ ਕਿਹਾ ਗਿਆ, ਕੇਜਰੀਵਾਲ ਨੇ ਗੜਕ ਤਰੀਕੇ ਨਾਲ ਕਿਹਾ, ਕਹਿੰਦੇ ਵੀ ਤੁਸੀਂ ਇਹ ਕਿਉਂ ਰੌਲਾ ਪਾ ਰਹੇ ਹੋ ਕਿ ਮੈਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਹੀ ਸ਼ਰਾਬ ਘੁਟਾਲਾ ਕੀਤਾ, ਇਹ ਤੁਸੀਂ ਕਦੋਂ ਮੇਰੇ ਤੋਂ ਸੁਣੇ ਆ ਗੱਲ? ਇਹ ਮੈਂ ਕਦੋਂ ਕਿਹਾ ਤੁਹਾਨੂੰ ਕਿ ਮਨੀਸ਼ ਸਿਸੋਦੀਆ ਨੇ ਹੀ ਘੁਟਾਲਾ ਕੀਤਾ ਸ਼ਰਾਬ ਦਾ, ਉਹਦੇ ਸਾਰਾ ਸੁੱਟਦਾ, ਜਿਹੜਾ ਮੀਡੀਆ ਤੁਹਾਡੇ ਨਾਂ ਹੇਠ ਚਲਾ ਰਿਹਾ ਬਿਆਨ ਵੱਡੇ ਪੱਧਰ ਤੇ ਕਿ ਜੀ ਕੇਜਰੀਵਾਲ ਨੇ ਤਾਂ ਸੁੱਟਤਾ ਸਾਰਾ ਕੁਝ ਮਨੀਸ਼ ਸਿਸੋਦੀਆ, ਤਦੋਂ ਕਿਹਾ ਮੈਨੂੰ, ਮੈਂ ਤੁਹਾਨੂੰ DP ਸਿੰਘ ਜਿਹੜਾ ਕਿ CBI ਦਾ ਬੰਦਾ ਸੀਗਾ, ਉਹ ਕਹਿੰਦਾ ਜੀ ਹਾਂ ਜੀ ਤੁਸੀਂ ਕਿਹਾ ਸੀ ਮੈਨੂੰ, ਕਹਿੰਦਾ ਕਦੋਂ ਕਿਹੜਾ ਰਿਕਾਰਡ 'ਚ ਆਇਆ ਇਹ? ਅਦਾਲਤ ਨੇ, ਜੱਜ ਨੇ ਗੱਲ ਇਹ ਬੜੀ ਇੰਟਰਸਟਿੰਗ ਤਰੀਕੇ ਨਾਲ ਆਖੀ, ਕਹਿੰਦੇ ਅਸੀਂ ਮੀਡੀਆ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ? ਮੀਡੀਆ ਤਾਂ ਖੁੱਲ੍ਹਾ ਹੈਗਾ, ਉਹ ਕੁਝ ਵੀ ਕਰ ਸਕਦਾ, ਕੁਝ ਵੀ ਕਹਿ ਸਕਦਾ। ਇੱਕ ਲਾਈਨ ਨੂੰ ਕਹਿੰਦਾ ਕਈ ਵਾਰ ਚਲਾਉਂਦਾ, ਇੱਕ ਲਾਈਨ ਨੂੰ ਕਈ ਵਾਰ ਚਲਾਉਂਦਾ, ਉਹ ਇਹ ਵੀ ਗੱਲ ਆਖੀ ਆ। ਸੁਨੀਤਾ ਕੇਜਰੀਵਾਲ ਕਹਿੰਦੀ ਆ ਇਹ BJP ਸਰਕਾਰ ਦਾ ਆਤੰਕ ਹੈ ਜੀ, ਆਤੰਕ। ਅਖਿਲੇਸ਼ ਯਾਦਵ ਨੇ ਵੀ ਕੱਲ ਜਾ ਕੇ ਉੱਥੇ ਨਾਲ ਤਾਂ ਆਤਸ਼ੀ ਕੋਲੇ ਗਿਆ, ਉਹ ਆਤਸ਼ੀ ਦੇ ਭੁੱਖ ਹੜਤਾਲ ਟੁੱਟ ਗਈ ਉਹਦੀ, ਕਿਉਂਕਿ ਆਤਸ਼ੀ ਜਿਹੜੀ ਹੈਗੀ ਆ ਉਹਦਾ ਸ਼ੂਗਰ 40 ਕੋਲ ਆ ਗਈ ਸੀਗੀ ਜੀ, ਤੇ ਜਦੋਂ 40 ਸ਼ੂਗਰ ਆ ਜਾਵੇ ਤਾਂ ਬੰਦੇ ਦਾ ਬੇਹੋਸ਼ ਨਾਲ ਸੁਭਾਵ ਹੁੰਦਾ, ਬੇਹੋਸ਼ ਹੋ ਗਈ ਸੀਗੀ, ਹਸਪਤਾਲ 'ਚ ਭਰਤੀ ਆ ਤੇ ਉਹਨੂੰ ਲਾਉਣਾ ਪੈ ਗਿਆ ਗਲੂਕੋਜ਼, ਤੇ ਟੁੱਟ ਗਈ ਭੁੱਖ ਹੜਤਾਲ ਉਹਦੀ, ਤੇ ਉਹ ਜਲ ਵਾਸਤੇ, ਜਲ ਸੰਕਟ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੀ ਸੀ। ਉੱਥੇ ਗਏ ਸੀ ਕੱਲ ਅਖਿਲੇਸ਼ ਨੇ ਵੀ ਗੱਲ ਆਖੀ ਆ ਕੇਜਰੀਵਾਲ ਬਾਰੇ, ਕਹਿੰਦੇ ਇਹ ਚੱਲੇਗਾ ਨਹੀਂ, ਚੱਲ ਰਿਹਾ BJP ਜਿਹੜੀ ਕਰ ਰਹੀ ਆ ਕੇਜਰੀਵਾਲ ਨਾਲ, ਇਹ ਠੀਕ ਨਹੀਂ ਕਰ ਰਹੀ। ਆਮ ਆਦਮੀ ਪਾਰਟੀ ਨੇ ਇੰਡੀਆ ਗਠਜੋੜ ਨੂੰ ਇੱਕ ਸਲਾਹ ਦਿੱਤੀ ਆ ਤੇ ਕਿਹਾ ਕਿ ਕੇਜਰੀਵਾਲ ਦਾ ਮੁੱਦਾ ਤੁਸੀਂ ਲੋਕ ਸਭਾ ਵਿੱਚ ਚੁੱਕੋ ਤਾਂ ਕਿ ਦੇਸ਼ ਨੂੰ ਪਤਾ ਲੱਗੇ ਵੀ ਗਲਤ ਹੋ ਰਿਹਾ। ਸਾਡੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਵੈਲਕਮ ਜੀ। ਹਾਂਜੀ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਅਕੀਦਾ ਜੀ ਸਤਿ ਸ੍ਰੀ ਅਕਾਲ। ਅਕੀਦਾ ਜੀ ਮੇਰਾ ਪ੍ਰਸ਼ਨ ਇਹ ਹੈਗਾ ਆ ਕਿ ਕੱਟਰ ਇਮਾਨਦਾਰ, ਇਮਾਨਦਾਰੀ ਦੀ ਮੂਰਤ, ਜਿਹਨਾਂ ਨੇ ਕਿ ਸਾਰੀ ਦਿੱਲੀ ਦੇ ਵਿੱਚ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ, ਸਾਰਾ ਇੰਨਾ ਦਿੱਲੀ ਨੂੰ ਮਹਾਨ ਬਣਾਤਾ, ਉਹਨਾਂ ਦੇ ਨਾਲ ਇਹ BJP ਕੀ ਕਰਦੀ ਪਈ ਹੈਗੀ ਹੈ, ਸਾਰੇ ਜਿਹੜਾ ਕੁਛ ਸਮਝ 'ਚ ਨਹੀਂ ਆ ਰਿਹਾ ਸਰ। ਥੈਂਕ ਯੂ ਵੈਰੀ ਮਚ। ਇਹ ਹੱਲ ਹੋ ਗਿਆ ਜੀ ਮਸਲਾ ਜਿਹੜਾ ਤੁਸੀਂ ਵਿਅੰਗ ਕੀਤਾ, ਅਸੀਂ ਤਾਂ ਬੋਲ ਚੁੱਕੇ ਹਾਂ। ਹਾਂਜੀ ਤੁਸੀਂ ਸੁਣ ਵੀ ਰਹੇ ਸੀ, ਇਹ ਗੱਲ ਹੋ ਗਈ ਸਾਡੀ, ਇਹਦੇ 'ਤੇ ਅਸੀਂ ਨਹੀਂ ਹੁਣ ਟਿੱਪਣੀ ਕਰਾਂਗੇ। 9058131320 ਸਾਰੇ ਇਮਾਨਦਾਰ ਨੇ ਉੱਥੇ, ਕੋਈ ਵੱਡਾ ਇਮਾਨਦਾਰ ਹੈ, ਕੋਈ ਛੋਟਾ ਇਮਾਨਦਾਰ ਹੈ। ਤੂੰ ਅੰਜੂ ਜੀ ਜੀ ਬਿਲਕੁਲ ਅੰਜੂ ਜੀ ਆਫ ਦੀਅਰ ਮੈਨੂੰ ਪੁੱਛਦੇ ਹੁੰਦੇ, ਮੈਂ ਕਿਹਾ ਕੋਈ ਛੋਟਾ ਇਮਾਨਦਾਰ ਹੈ, ਕੋਈ ਵੱਡਾ ਇਮਾਨਦਾਰ ਕਿੱਦਾਂ ਸਮਝ ਗਏ? 12,940 crore ਦੇ ਬੌਂਡ ਦੇ ਪੈਸੇ ਲੈਣ ਵਾਲੀ ਭਾਜਪਾ ਕੱਟੜ ਇਮਾਨਦਾਰ ਹੈ। ਹਾਂ
ਔਰ ਜਿਹੜਾ ਬੀਫ ਸਪਲਾਈ ਕਰਨ ਵਾਲੀ ਸਭ ਤੋਂ ਵੱਡੀਆਂ ਸੰਸਥਾਵਾਂ ਉਹਨਾਂ ਦੇ ਕੋਲੋਂ ਫੰਡ ਲੈ ਲਿਆ, ਉਹ ਕੱਟੜ ਇਮਾਨਦਾਰ ਆ। ਕੁਝ ਭਗੌੜੇ ਵੀ ਜਿਹੜੇ ਨੇ ਉਹ ਦੇਸ਼ ਦੇ ਵਿੱਚੋਂ ਬਾਹਰ ਜਾਣ ਵਾਲੇ, ਉਹ ਵੀ ਚੈੱਕ ਦੇ ਕੇ ਛਾਇਆ ਹੋਏ ਸੀਗੇ ਵੱਖ ਵੱਖ ਪਾਰਟੀਆਂ ਨੂੰ, ਉਹ ਸਾਰੀਆਂ ਇਮਾਨਦਾਰ ਹੀ ਨੇ। ਬਿਰਲਾ ਸਾਹਿਬ ਫਿਰ ਚੁਣੇ ਗਏ ਨੇ ਜੀ, ਕਾਂਗਰਸ ਨੇ ਆਪਣਾ ਉਮੀਦਵਾਰ ਦਲਿਤ ਦੇ ਕੇ ਸੁਰੇਸ਼ ਰੈਣਾ ਨੂੰ ਰਾਜਨੀਤੀ ਖੇਡੀ ਸੀ, ਪਰ ਜਿਵੇਂ ਧੁਨੀ ਦੇ ਨਾਲ ਚੁਣਿਆ ਜਾਂਦਾ ਰਿਹਾ 1947 ਤੋਂ ਆਜ਼ਾਦੀ ਤੋਂ ਬਾਅਦ ਸਪੀਕਰ, ਉਵੇਂ ਹੀ ਬਿਲਕੁਲ ਉਸੇ ਤਰਜ ਦੇ ਉੱਤੇ ਹੋਇਆ। ਹਾਂਜੀ, ਡਿਪਟੀ ਸਪੀਕਰ ਉਹਦੀ ਧਿਰ ਦਾ ਹੁੰਦਾ ਰਿਹਾ, ਪਰ ਇੱਥੇ ਫਿਰ ਲੱਗਦਾ ਕਿ ਮੋਦੀ ਜੀ ਦਾ ਡੰਡਾ ਚੱਲੇਗਾ ਜਿਵੇਂ ਚੱਲਦਾ ਸੀ। ਕੀ ਕਹਿਣਾ ਚਾਹੋਗੇ? ਮੋਦੀ ਜੀ ਨੇ ਕੱਲ੍ਹ ਸੰਦੇਸ਼ ਦੇ ਤਾ ਵੀ ਅਸੀਂ ਜਿੱਦਾਂ ਪਹਿਲਾਂ ਚੱਲ ਰਹੇ ਸੀ ਉਦਾਂ ਹੀ ਚੱਲਾਂਗੇ, ਸਾਡੇ 'ਚ ਕੋਈ ਬਦਲਾਅ ਨਹੀਂ ਹੈਗਾ। ਕੇਜਰੀਵਾਲ ਦੇ ਉੱਪਰ CBI ਦਾ ਅਰੈਸਟ ਕਰਨਾ ਪੁਰਾਣੀ ਸੋਚ ਹੀ ਹੈ ਕੇਜਰੀ ਮੋਦੀ ਦੀ, ਉਹ ਪੁਰਾਣੇ ਤਰੀਕੇ ਨਾਲ ਹੀ ਚੱਲ ਰਹੇ ਨੇ ਮੋਦੀ ਜੀ, ਕੋਈ ਨਵਾਂ ਚੇਂਜ ਨਹੀਂ ਆਇਆ। ਅਤੇ ਉਹਨਾਂ ਨੇ ਬਿਰਲਾ ਨੂੰ ਲੈ ਕੇ ਫਿਰ ਬਣਾ ਕੇ ਸਪੀਕਰ ਕਹਿ ਦਿੱਤਾ ਨਹੀਂ, ਪਹਿਲਾਂ ਵਾਂਗੂ ਚੱਲਾਂਗੇ ਅਸੀਂ। ਅਸੀਂ ਮਤਲਬ ਕਿ ਇਹ ਸੰਦੇਸ਼ ਆ ਭਾਰਤੀਆਂ ਵਾਸਤੇ ਕਿ ਮੋਦੀ ਜੀ ਭਾਰਤ ਦੀ ਸਰਕਾਰ ਚਲਾਉਣ ਵੇਲੇ ਕੋਈ ਬਦਲਣਗੇ ਨਹੀਂ। ਓਮ ਬਿਰਲਾ, ਦੇਖੋ ਓਮ ਬਿਰਲਾ ਨੇ ਬਣ ਜਾਣਾ ਸੀਗਾ, ਉਹਨੇ ਵੈਸੇ ਬਣ ਜਾਣਾ ਸੀ ਕਿ ਬਹੁਮਤ ਹੈਗਾ ਉੱਧਰ, ਉਹ ਕੋਈ ਦਿੱਕਤ ਦੀ ਗੱਲ ਨਹੀਂ। ਪਰ ਇੰਡੀਆ ਗਠਜੋੜ ਨੇ ਆਪਣਾ ਉਮੀਦਵਾਰ ਖੜਾ ਕੇ ਇੱਕ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਹਾਜ਼ਰ ਹਾਂ ਜੀ, ਸਾਨੂੰ ਵੀ ਦਿਓ ਡਿਪਟੀ ਸਪੀਕਰ ਦਾ ਅਹੁਦਾ। ਤਾਂ ਡਿਪਟੀ ਸਪੀਕਰ ਦੇ ਅਹੁਦੇ ਦੇ ਭਾਵੇਂ ਕਿ ਉਹਨਾਂ ਦਾ ਕਲੇਸ਼ ਹੋ ਗਿਆ, ਭਾਵੇਂ ਕਿ ਡਿਪਟੀ ਸਪੀਕਰ ਦਾ ਅਹੁਦਾ ਮਿਲਦਾ ਰਿਹਾ ਵਿਰੋਧੀ ਧਿਰ ਨੂੰ ਪਹਿਲਾਂ। ਕੱਲ੍ਹ ਸੈਕਟਰੀ ਸਾਹਿਬ ਆ ਗਏ, ਲੋਕ ਸਭਾ ਦੇ ਸੈਕਟਰੀ ਹੁੰਦੇ ਆ ਜੀ, ਸੈਕਟਰੀ ਸਾਹਿਬ ਸਾਹਮਣੇ ਆ ਗਏ ਸਰਕਾਰ ਦੇ ਪੱਖ ਵਿੱਚ, ਜਦਕਿ ਉਹਦਾ ਕੰਮ ਨਹੀਂ ਹੁੰਦਾ ਕਿ ਸਿਆਸੀ ਲੋਕਾਂ ਦੇ ਪੱਖ ਵਿੱਚ ਖੜਨ ਆ ਕੇ। ਉਹ ਕਹਿੰਦੇ ਜੀ ਕੋਈ ਨਹੀਂ ਜੀ, ਸਿਆਸੀ ਤੁਸੀਂ ਉਹਦਾ ਹੁੰਦਾ ਆਪਣਾ, ਇਹਦਾ ਡਿਪਟੀ ਸਪੀਕਰ ਦਾ ਵਿਰੋਧੀ ਧਿਰਾਂ ਕੋਲੇ ਨਹੀਂ ਹੁੰਦਾ, ਇਹ ਝੂਠ ਬੋਲ ਰਹੇ ਨੇ। ਉਹਨਾਂ ਨੇ ਗੱਲ ਕਰਤੀ ਆ ਕਿ ਚਲੋ ਸ਼ਾਇਦ ਨਾ ਹੁੰਦਾ ਹੋਵੇ, ਪਰ ਇਹ ਦਿੰਦੇ ਰਹੇ ਨੇ, ਉਹਦਾ ਮਿਲਦਾ ਰਿਹਾ। ਪਿਛਲੀ ਇਹ ਮੋਦੀ ਸਰਕਾਰ ਨੇ ਦੇਣਾ ਬੰਦ ਕੀਤਾ, ਇਹ ਉਹਦਾ 14 ਵਿੱਚ ਨਹੀਂ ਹੋਇਆ। ਅਤੇ ਹੁਣ ਤੁਸੀਂ ਲੈ ਲਓ ਵੀ ਇਹਨੇ ਕਾਂਗਰਸ ਨੇ ਕੇ ਸੁਰੇਸ਼, ਇੱਕ ਦਲਿਤ ਨੇਤਾ ਹੈਗਾ, ਉਸ ਨੂੰ ਡਿਪਟੀ ਸਪੀਕਰ ਦੇ ਅਹੁਦੇ 'ਤੇ ਕਾਗਜ਼ ਭਰਾਏ ਸੀ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਚਾਵਲਾ ਸਾਹਿਬ, ਗੱਲ ਤਾਂ ਬਹੁਤ ਲੰਬੀ ਹੈ, ਪਰ ਦੋ ਦਿਨਾਂ ਇਹ ਨੇ ਕਿ ਯੂਪੀ ਦੇ ਵਿੱਚ ਭਾਜਪਾ ਤੋਂ ਵੋਟਰ, ਦਲਿਤ ਵੋਟਰ ਖਿਸ ਗਿਆ ਜੀ। ਇਹ ਮੈਂ ਨਹੀਂ ਕਹਿੰਦਾ, ਇਹ ਯੂਪੀ ਦੀ ਰਿਸਰਚ ਕਮੇਟੀ ਆ, ਇੱਕ ਦਲਿਤ SC ਸੈੱਲ ਹੈ BJP ਦਾ, ਉਹਨਾਂ ਵੱਲੋਂ SC ਸੈੱਲ ਨੇ BJP ਨੇ ਰਿਪੋਰਟ ਦਿੱਤੀ ਆ BJP ਦੀ ਹਾਈ ਕਮਾਂਡ ਨੂੰ ਕਿ ਤੁਸੀਂ ਦਲਿਤਾਂ ਦੇ, ਦੇਖੋ ਤੁਸੀਂ ਜਿਹੜਾ SC ਕਮਿਸ਼ਨ ਸੀਗਾ UP ਦਾ, ਉਹਦਾ ਕੋਈ ਚੇਅਰਮੈਨ ਨਹੀਂ ਲਾਇਆ ਤੁਸੀਂ ਅੱਜ ਤੱਕ, 4 ਸਾਲ ਹੋ ਗਏ। ਤੇ ਤੁਸੀਂ ਨਾ ਦਲਿਤਾਂ ਦੇ ਸੰਬੰਧ ਵਿੱਚ ਕੋਈ, ਇੰਨੀਆਂ ਕੁੜੀਆਂ ਦੇ ਰੇਪ ਬਲਾਤ ਕਰੋ ਤੁਸੀਂ ਗੱਲ ਨਹੀਂ ਕੀਤੀ ਕੋਈ ਦਲਿਤਾਂ ਦੇ ਬਾਰੇ ਵਿੱਚ, ਤੁਸੀਂ ਦਲਿਤਾਂ, ਤੁਸੀਂ ਤੁਹਾਡੇ ਮੰਤਰੀ ਨੇ ਉੱਥੇ ਬਣੇ ਹੋਏ UP ਸਰਕਾਰ ਦੇ ਵਿੱਚ, ਤੁਸੀਂ ਸਿਰਫ ਇੱਕ ਮੰਤਰੀ ਬਣਾਇਆ ਉਹਨਾਂ ਦਾ, ਐਡੀ ਬੜੀ ਸਰਕਾਰ ਦੇ ਵਿੱਚ ਇੱਕ ਮੰਤਰੀ ਉਹਨਾਂ ਦਾ। ਦੂਜੇ ਪਾਸੇ ਜਦੋਂ ਤੁਸੀਂ ਟਿਕਟਾਂ ਦੇਣ ਲੱਗ ਜਾਂਦੇ ਹੋ, ਉਹ ਤਾਂ ਬਣ ਜਾਂਦੇ ਜਿਹੜੇ ਕਿ ਰਿਜ਼ਰਵੇਸ਼ਨ ਦੇ ਵਿੱਚ ਹੈਗੇ ਆ। ਰਾਜ ਸਭਾ ਦਾ ਤੁਸੀਂ ਕੋਈ ਮੈਂਬਰ ਬਣਾਇਆ ਨਹੀਂ ਗਾ ਦਲਿਤਾਂ ਦਾ, ਰਾਜ ਸਭਾ ਤੁਹਾਨੂੰ, ਪਰ ਕਿ ਉਹਨਾਂ ਨੇ ਕਈ ਸਾਰੇ ਮੁੱਦੇ ਕਰਕੇ, ਜਦਕਿ ਦੂਜੇ ਪਾਸੇ ਕਾਂਗਰਸ ਤੇ ਅਖਿਲੇਸ਼ ਨੇ ਦਲਿਤਾਂ ਦੇ ਘਰ ਜਾ ਕੇ ਉਹਨਾਂ ਨੇ ਪੂਰਾ ਰੁਝਾ ਲਿਆ ਉਹਨੂੰ, ਇਸੇ ਕਰਕੇ 62 ਤੋਂ ਮੇਰੇ ਖਿਆਲ 33-32 ਸੀਟਾਂ 'ਤੇ ਆ ਗਿਆ BJP। ਉਹਨਾਂ ਨੇ ਇਹ ਦਲਿਤ ਚਿਹਰੇ ਦਾ, ਦਲਿਤ ਚਿਹਰੇ ਦੇ ਉੱਪਰ ਪੋਲਿਸੀ ਖੇਡ ਰਹੇ ਨੇ ਕਾਂਗਰਸ ਵਾਲੇ, ਦਲਿਤਾਂ ਨੂੰ ਉੱਪਰ ਚੱਕਣ ਵਾਸਤੇ, ਦਲਿਤਾਂ ਦੀ ਵੋਟਾਂ, ਇਹ ਵੀ ਇੱਕ ਪੋਲੀਟਿਕਸ ਆ ਕਾਂਗਰਸ ਦੀ, ਇੰਡੀਆ ਗਠਜੋੜ ਦੀ, ਨਾ ਕਿ ਦਲਿਤਾਂ ਦੇ ਉਹ ਹੇਜ ਕਰਦੇ ਆ, ਅਤੇ ਇਹ ਇੱਕ ਪੋਲੀਟਿਕਸ ਨਾਲ ਲੈ ਕੇ ਆ ਰਹੇ ਨੇ ਚਾਵਲਾ ਸਾਹਿਬ। ਪਹਿਲਾਂ ਕਾਂਸ਼ੀ ਰਾਮ ਦਾ ਚਲਾਇਆ ਹੋਇਆ ਇੱਕ ਵੱਡਾ ਜਿਹੜਾ ਰੱਥ ਸੀਗਾ, ਉਸਨੂੰ ਬੀਬੀ ਮਾਇਆਵਤੀ ਨੇ, ਹਾਂਜੀ, ਜਿਵੇਂ ਜਿਸ ਤਰੀਕੇ ਨਾਲ ਕੈਸ਼ ਕੀਤਾ ਉਹਨੇ ਮਾਇਆਵਤੀ ਨੇ, ਜਿਵੇਂ ਤੁਸੀਂ ਦਲਿਤ ਭਾਈਚਾਰੇ ਦੀ ਗੱਲ ਕੀਤੀ ਆ, ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਮੈਂ ਕਹੂੰਗਾ, ਉਹ ਕਰ ਗਈ, ਚੰਗਾ ਉਹਨੇ ਆਪਣਾ ਕਾਰੋਬਾਰ ਚਲਾ ਲਿਆ। ਹੁਣ ਕੋਈ ਨਵਾਂ ਹੋਰ ਆ ਜੂਗਾ ਥੋੜ੍ਹੇ ਸਮੇਂ ਵਾਸਤੇ,
ਹਮੇਸ਼ਾ ਹੀ ਪਿਸਦੇ ਰਹੇ ਨੇ ਲੋਕ ਤੇ ਪਿਸੇ ਜਾਂਦੇ ਰਹੇ ਨੇ, ਉਹਨਾਂ ਨੂੰ ਆਪ ਸੁਚੇਤ ਹੋਣਾ ਪਵੇਗਾ। ਜਿੰਨਾ ਚਿਰ ਆਪ ਸੁਚੇਤ ਨਹੀਂ ਹੁੰਦੇ ਉਨਾ ਚਿਰ ਡਾਂਗਾ ਪਾਈ ਪੈਂਦੀਆਂ ਹੀ ਰਹਿਣੀਆਂ। 9058131320 ਤੁਹਾਡਾ ਕੋਈ ਕੁਐਸਚਨ ਹੈ ਤੁਸੀਂ ਕਾਲ ਕਰ ਸਕਦੇ ਹੋ। ਅਕੀਦਾ ਜੀ, ਸਰਕਾਰ ਦੇ ਕੰਮਾਂ ਦੀ ਨਿਗਰਾਨੀ ਰੱਖਣ ਲਈ ਬਣਾਈ ਜਾ ਸਕਦੀ ਕੈਬਨਿਟ, ਕੀ ਲੋੜ ਪੈਗੀ, ਤੁਸੀਂ ਕੀ ਕਹਿਣਾ ਚਾਹੋਗੇ? ਕੈਬਨਿਟ ਅਸਲ ਚ ਨਾ ਵੈਸੇ ਬ੍ਰਿਟਿਸ਼ ਦਾ ਬ੍ਰਿਟੇਨ ਦਾ ਇਹ ਹੈਗਾ ਜੀ ਕਨਸੈਪਟ, ਬ੍ਰਿਟੇਨ ਨੂੰ ਹੀ ਅਸੀਂ ਲੈ ਕੇ ਚੱਲਦੇ ਹਾਂ। ਸਾਡੇ ਬ੍ਰਿਟੇਨ ਬਰਤਾਨੀਆ ਦਾ, ਸਾਡਾ ਇੰਗਲੈਂਡ ਦਾ ਹੀ ਸਾਡਾ ਸਿਧਾਂਤ ਚੱਲਦਾ, ਉਹਦੇ ਮੁਤਾਬਕ ਸਾਡਾ ਭਾਰਤ ਵੀ ਚੱਲ ਰਿਹਾ ਤੇ ਉਸੇ ਤਰਜ ਤੇ ਇਸ ਵਾਰੀ ਕੈਬਨਿਟ ਬਣ ਸਕਦੀ ਆ ਬੁੱਧੀ ਵਿਰੋਧੀ ਧਿਰ ਦੀ, ਕਿਵੇਂ ਕੈਬਨਿਟ ਕਮੇਟੀਆਂ ਬਣ ਸਕਦੀਆਂ ਨੇ ਵਿਰੋਧੀ ਧਿਰ ਦੀਆਂ, ਤੇ ਕੈਬਨਿਟ ਕਮੇਟੀਆਂ ਨੂੰ ਜੇਕਰ ਮਨਜ਼ੂਰੀ ਮਿਲ ਜਾਂਦੀ ਆ ਕੇਂਦਰ ਸਰਕਾਰ ਬਣਾ ਦਿੰਦੀ ਆ ਭਾਜ ਉਹ ਆਪਣਾ ਉਹਦੀ ਜਿਹੜੀ ਸਪੀਕਰ ਦਾ ਸਿਸਟਮ ਹੈਗਾ, ਤਾਂ ਫਿਰ ਉਸ ਕੈਬਨਿਟ ਦੇ ਸ਼ੈਡੋ ਪ੍ਰਧਾਨ ਮੰਤਰੀ ਹੋਣਗੇ ਰਾਹੁਲ ਗਾਂਧੀ। ਸ਼ੈਡੋ ਪ੍ਰਧਾਨ ਮੰਤਰੀ ਦਾ ਕਨਸੈਪਟ ਵੀ ਬ੍ਰਿਟੇਨ ਦਾ ਹੈਗਾ, ਵਿਰੋਧੀ ਧਿਰ ਦੇ ਵਿੱਚ ਬੈਠਾ ਨੇਤਾ ਕੈਬਨਿਟ ਕਮੇਟੀਆਂ ਦਾ ਸ਼ੈਡੋ ਪ੍ਰਧਾਨ ਮੰਤਰੀ ਹੁੰਦਾ, ਤੇ ਉਹ ਸ਼ੈਡੋ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣ ਸਕਦਾ। ਜੇ ਉਹ ਬਣ ਗਿਆ ਤਾਂ ਹੋਰ ਵੀ ਦਿੱਕਤਾਂ ਖੜੀਆਂ ਹੋ ਸਕਦੀਆਂ ਨੇ ਕੇਂਦਰ ਸਰਕਾਰ ਨੂੰ, ਕਿਉਂਕਿ ਹਰ ਮੁੱਦੇ ਤੇ ਜਦੋਂ ਗੱਲ ਕਰਨੀ ਉਹਨਾਂ ਨੂੰ ਤਾਂ ਫਿਰ ਪ੍ਰੋਬਲਮਾਂ ਖੜੀਆਂ ਹੁੰਦੀਆਂ ਨੇ, ਇਹ ਵੀ ਹੋ ਸਕਦਾ। ਵੈਸੇ ਕੱਲ ਤੈਅ ਹੋ ਗਿਆ, ਕੱਲ ਇਹ ਲੋਕ ਸਭਾ ਵਿੱਚ ਪਾਸ ਹੋ ਗਿਆ ਕਿ ਰਾਹੁਲ ਗਾਂਧੀ ਨੇਤਾ ਵਿਰੋਧੀ ਧਿਰ ਹੋਣਗੇ ਲੋਕ ਸਭਾ ਦੇ ਵਿੱਚ। 9058131320 905 813 1300 ਤੁਹਾਡੀਆਂ ਕੁਝ ਕਾਲਜ ਆਈਆਂ ਸਨ ਪਰੰਤੂ ਡਰੋਪ ਹੋ ਗਈਆਂ ਨੇ, ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ। ਡੇਰੇ ਲਾਤੇ ਨੇ ਜਲੰਧਰ ਦੇ ਵਿੱਚ ਪਰਿਵਾਰ ਸਮੇਤ ਸਾਥੀਆਂ ਦੋਸਤਾਂ ਮਿੱਤਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਰਾਏ ਦੀ ਕੋਠੀ 'ਤੇ CM ਹਾਊਸ ਬਣਾ ਕੇ ਰੱਖ ਦਿੱਤਾ। ਕੀ ਕਹਿਣਾ ਚਾਹੋਗੇ ਇੱਕ ਸੀਟ ਨੂੰ ਜਿੱਤਣ ਲਈ? ਖਰਚਾ ਵੱਧ ਕਹਿੰਦੇ ਹੁਣ ਚੰਡੀਗੜ੍ਹ ਤੋਂ ਲੈ ਕੇ ਨਾ ਜੀ ਜਲੰਧਰ ਤੱਕ ਆਉਣ ਲੱਗਿਆਂ ਖਰਚਾ ਵੱਧ ਹੁੰਦਾ ਸੀ ਕਹਿੰਦੇ, ਉਹ ਖਰਚਾ ਨਹੀਂ ਠੀਕ ਹੈਗਾ, ਇਸ ਕਰਕੇ ਅਸੀਂ ਖਰਚਾ ਘੱਟ ਕਰੀਏ ਤਾਂ ਕਿ ਅਸੀਂ ਕੋਠੀ ਉੱਥੇ ਲੈ, ਮੈਂ ਕੋਠੀ ਚਲੋ ਸਰ ਮਹਿਲ ਵਾਲੀ ਕੋਠੀ ਆ, ਮਹਿਲ ਵਰਗੀ ਦੀਪਨਗਰ 'ਚ ਬੜੀ ਵੱਡੀ ਕੋਠੀ ਆ, ਅਤੇ ਉਹਦੇ ਵਿੱਚ ਸੁਰੱਖਿਆ ਵਧਾਤੀ ਆ, ਚਾਰ ਸਫੇਰੇ ਇਲਾਕੇ ਦੇ ਵਿੱਚ ਵੀ CM ਸਾਹਿਬ ਦਾ ਹੁਣ ਹਾਊਸ ਆ ਇਹ, ਕਿ ਉਹ ਕਹਿੰਦੇ ਆ ਭਗਵੰਤ ਮਾਨ ਕਿ ਮੈਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਕਿ ਮੈਂ ਜਲੰਧਰ ਵਿੱਚ ਰਹਿਣ ਲੱਗ ਪਿਆ, ਕਿ ਭਲਾ ਇਸ ਵਾਅਦੇ ਨਾਲ ਕੀ ਫਰਕ ਪੈਣ ਲੱਗਿਆ ਲੋਕਾਂ ਨੂੰ ਜੇ ਪੂਰਾ ਕਰਦਾ ਤੁਸੀਂ, ਅਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਉਹ ਚੋਣ ਜਿੱਤਣ ਵਾਸਤੇ ਕੰਮ ਕਰਨ ਲੱਗੇ ਹੋਏ ਨੇ, ਚੋਣ ਜਿੱਤਣ ਵਾਸਤੇ। ਵੱਡੀ ਗੱਲ ਕੱਲ੍ਹ ਇਹ ਵਾਪਰੀ ਆ, ਘਟਨਾ ਵੱਡੀ ਉਹ ਜਿਮਨੀ ਚੋਣ ਦੀ ਇਹ ਆ ਚਾਵਲਾ ਸਾਹਿਬ, ਕਿ ਜਿਹੜੀ ਸੁਰਜੀਤ ਕੌਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ, ਉਹ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹੱਥ ਖਿੱਚ ਲਿਆ ਅਤੇ ਉਹ ਕਹਿੰਦੇ ਵੀ ਸਾਡੀ ਉਮੀਦਵਾਰ ਨਹੀਂ ਹੈਗੀ, ਜਦਕਿ ਉਹਦੇ ਕੋਲ ਚੋਣ ਸਥਾਨ ਤੱਕੜੀ ਉਹ ਆ, ਅਤੇ ਉਹ ਉਹਨੇ ਵਾਪਸ ਲੈਣਾ ਸੀ ਆਪਣਾ ਜਿਹੜਾ ਨਾਮ ਜਾਂ ਨਹੀਂ ਵਾਪਸ ਲੈਣਾ ਸੀਗਾ, ਉਹ ਵਾਪਸ ਲੈਣ ਤੋਂ ਪਹਿਲਾਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਗੱਲ ਵੀ ਸਾਡੀ ਭਾਈ ਉਮੀਦਵਾਰ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਲੇਟ ਹੋ ਗਿਆ ਚੋਣ ਕਮਿਸ਼ਨ ਤੱਕ ਪਹੁੰਚ ਕਰਦੇ ਹਾਂ, ਅਤੇ ਉਹ ਸ਼ਾਮ ਤੱਕ ਉਹਦਾ ਚੋਣ ਨਿਸ਼ਾਨ ਪੱਕਾ ਰਹਿ ਗਿਆ, ਇਸ ਕਰਕੇ ਹੁਣ ਸੁਰਜੀਤ ਕੌਰ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਤੋਂ ਬਗੈਰ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਚੋਣ ਨਿਸ਼ਾਨ 'ਤੇ ਚੋਣ ਲੜੇਗੀ। ਉਹ ਕਹਿੰਦੇ ਜੀ ਬੀਬੀ ਜਗੀਰ ਕੌਰ ਨੂੰ ਖੜਾਈ ਗਈ ਆ ਇਹਦਾ, ਇਹ ਬੀਬੀ ਜਗੀਰ ਕੌਰ ਕਿ ਦੂਜੇ ਧੜੇ 'ਚ ਆ ਗਈ ਹੈ ਜੀ ਹੁਣ, ਅਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਉਸ ਉਮੀਦਵਾਰ ਨੂੰ ਸਮਰਥਨ ਨਹੀਂ ਦੇਵੇਗਾ, ਖਾਸ ਕਰਕੇ ਸੁਖਬੀਰ ਬਾਦਲ ਦਾ ਧੜਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਅਕੀਦਾ ਸਾਹਿਬ, ਰੱਬ ਰਾਖਾ, ਸਤਿ ਸ੍ਰੀ ਅਕਾਲ। ਆਪਣੇ ਫਾਰਮ ਦੇ ਵਿੱਚ ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਹੈ ਦੇਸੀ ਚੱਕੀ ਆਟਾ ਦੀ ਮੈਨੇਜਮੈਂਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ, ਜਿਹਨਾਂ ਦਾ ਤੁਸੀਂ ਫਲਾਇਰ ਦੇਖ ਰਹੇ ਹੋ ਬਾਰ ਬਾਰ,
ਉਹਨਾਂ ਵੱਲੋਂ ਇੱਕ ਸੂਚਨਾ ਹੈ ਕਿ ਜੇਕਰ ਤੁਸੀਂ ਕਣਕ ਦਾ ਆਟਾ ਪਿਓਰ ਕੈਨੇਡੀਅਨ ਫਾਰਮਾਂ ਦੇ ਵਿੱਚ ਜਿਹੜੀ ਤਿਆਰ ਕੀਤੀ ਗਈ ਹੈ, ਖੇਤਾਂ ਵਿੱਚ ਤਿਆਰ ਕੀਤੀ ਗਈ ਜਿਹੜੀ ਕਣਕ ਹੈ ਉਸ ਦੁਆਰਾ ਤਿਆਰ ਕੀਤਾ ਜਾਂਦਾ, ਚੱਕੀ ਲਾਈ ਹੈ ਉਹਨਾਂ ਨੇ, ਅਤੇ ਜੇ ਤੁਸੀਂ ਦੂਰ ਦਰੇਡੇ ਰਹਿੰਦੇ ਹੋ ਸਾਨੂੰ ਦੇਖ ਰਹੇ ਹੋ, ਕੁਝ ਔਡਰ ਜ਼ਿਆਦਾ ਹੋਵੇ ਤਾਂ ਉਹ ਤੁਹਾਨੂੰ ਉੱਥੇ ਵੀ ਡਿਲੀਵਰੀ ਘਰ ਵੀ ਕਰ ਸਕਦੇ ਨੇ। $20.14 ਦੇ ਵਿੱਚ ਹੈ, ਔਰ ਦੋ ਲੋਕੇਸ਼ਨਾਂ ਨੇ ਉਹਨਾਂ ਦੀਆਂ, ਉਹਦੇ ਵਿੱਚ ਤੁਸੀਂ ਜਿਹੜਾ ਹੈ ਡਿਕਸੀ ਐਡਵਾਂਸ ਦੇ ਨਜ਼ਦੀਕ ਜਿਹੜੀ ਹੈ ਮੇਪਲ ਵਨ ਕਿਚਨ ਵਾਲਿਆਂ ਕੋਲੋਂ ਵੀ ਪਿੱਕ ਕਰ ਸਕੋਗੇ, ਅਤੇ ਨੰਬਰ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ 416-819-0304 'ਤੇ ਆਪਣੇ ਕਹਿ ਕੇ ਤੁਸੀਂ ਜਿੰਨੇ ਮਰਜ਼ੀ ਬੈਗ ਤਿਆਰ ਕਰਵਾ ਸਕਦੇ ਹੋ। ਬਹੁਤ ਵਧੀਆ ਤਾਜ਼ਾ ਤਾਜ਼ਾ ਫੁਲਕਾ ਤੁਸੀਂ ਖਾ ਕੇ ਵੇਖੋਗੇ, ਜਿਵੇਂ ਆਪਾਂ ਆਪਣੇ ਪਿੰਡਾਂ ਦੇ ਵਿੱਚ ਪੁਰਾਣਾ ਸਾਡਾ ਜਿਹੜਾ ਕਲਚਰ ਰਿਹਾ ਰਵਾਇਤ ਰਹੀ ਹੈ ਕਿ ਕਣਕ ਲੈ ਕੇ ਉਹਨੂੰ ਧੋ ਧਾ ਕੇ ਸਾਫ਼ ਕਰਕੇ ਰੱਖ ਲੈਣਾ, ਕਣਕ ਚੁੱਕ ਲੈਣੀ, ਹਾਂਜੀ, ਫਿਰ ਉਹਨੂੰ ਜਦੋਂ ਆਟਾ ਮੁੱਕ ਜਾਣਾ ਅਤੇ ਫਿਰ ਡਿਊਟੀ ਹੁੰਦੀ ਸੀ ਘਰ ਦੇ ਮੁੰਡਿਆਂ ਦੀ, ਪਿਆ ਕੇ ਲਿਆਉਣਾ ਆਟਾ, ਹੈ ਨਾ, ਉਹ ਆਟਾ ਬਿਲਕੁਲ ਉਸੇ ਤਰ੍ਹਾਂ ਪਿਓਰ ਕਣਕ ਦਾ ਆਟਾ, ਕੋਈ ਛਿੱਲੜ ਨਹੀਂ ਲੈ ਜਾਂਦੇ, ਬਹੁਤ ਸਵਾਦ ਰੋਟੀ ਬਣਦੀ, ਬੜੀ ਸਾਫ਼ ਸੁਥਰੀ ਰੋਟੀ। ਤੁਸੀਂ ਖਾਣਾ ਚਾਹੁੰਦੇ ਹੋ ਤਾਂ ਕਾਲ ਕਰ ਲਿਓ, ਨੰਬਰ ਟੂ ਕਾਲ 416-819-0304। ਅੱਜ ਦਾ ਪ੍ਰੋਗਰਾਮ ਉਹਨਾਂ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਨਾਲ ਜੁੜ ਲਈ, ਬਹੁਤ ਬਹੁਤ ਸ਼ੁਕਰੀਆ। ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ। ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।